एवन पंजाबी देख रहे सारे दर्शकों का स्वागत है। मैं भुपिंदर सिंह लैके हाजिर हाँ करंट इशू। करंट इशू में अज गल करांगे श्री मुक्तसर साहब तो लापता हुई लड़की की। श्री मुक्तसर साहब तो साढ़े नाल जुड़ चुके हैं सोनी डल्ला जी। जी सोनी डल्ला जी, की है पूरा मामला? भुपिंदर जी, मैं तुम्हें दसना चाहूंगा जो यह मामला है श्री मुक्तसर साहब तो जी शर्मनाक घटना जी सामने आ रही है, जिथे एक नाबालिग जी लड़की है जिसकी उम्र 17 साल 6 महीने है जी। अनुसार उस गोपी नाम का जो नौजवान है जो कि मलोट का रहने वाला दसा जा रहा है, उसने इस घटना को अंजाम दिता है। अभी इस संबंध में जो लड़की के परिवारक मैंबर है, परिवारक मैंबर जी गलबात करनी चाहिए जी। पर वो लड़की का मामला होने करके कैमरे अगे नहीं आए, पर उन्होंने जिहड़ा एक रोंदे हुए दस्सदे भी साडी जिहड़ी लड़की दी उम्र है 17 साल 6 महीने है, तो ये सोच सोच के जिहड़े तरप रहे हैगे भी लड़की जिहड़ी हैगी है वो किस हाल दे विच होएगी ते उस नूं किस तरह रख्या होएगा। इस करके उन्होंने उस नूं जिहड़ी कंप्लेंट उन्होंने दी हैगी है ते वाजी पाबी शुरू हो चुकी है जी। जी, ते उधर जांच अधिकारियों का की कहना इस मामले ते? ਜਿਹੜੇ ਜਾਂਚ ਅਧਿਕਾਰੀ ਹੈਗੇ ਆ ਇੰਸਪੈਕਟਰ ਮੋਹਨ ਲਾਲ ਜੀ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ। ਉਹਨਾਂ ਨੇ ਜਿਹੜਾ ਦੱਸਿਆ ਵੀ ਘਰਦਿਆਂ ਨੇ ਜਿਹੜਾ ਸਾਨੂੰ ਇੱਕ ਬਿਆਨ ਲਿਖਾਇਆ ਕਿ ਲੜਕੀ ਦੀ ਮਾਤਾ ਨੇ, ਉਸਦੇ ਆਧਾਰ ਤੇ ਸਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਸਾਡੇ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਲੜਕੇ ਤੇ, ਜਿਹੜੀ ਲੜਕੀ ਦੀ ਉਮਰ ਹੈਗੀ ਹੈ ਉਹ 17 ਸਾਲ 6 ਮਹੀਨੇ, ਲੜਕੀ ਜਿਹੜੀ ਨਾਬਾਲਗ ਹੈ ਉਸੇ ਹਿਸਾਬ ਨਾਲ ਹੀ ਜਿਹੜੀ ਵੱਖ ਵੱਖ ਧਾਰਾਵਾਂ ਦੇ ਅਧੀਨ ਉਸ ਤੇ ਮਾਮਲਾ ਦਰਜ ਕਰ ਲਿਆ ਤੇ ਤਫਤੀਸ਼ ਜਾਰੀ ਹੈ। ਜਲਦੀ ਹੀ ਜਿਹੜਾ ਲੜਕੇ ਨੂੰ ਜਿਹੜਾ ਅਸੀਂ ਟੀਮਾਂ ਬਣਾ ਕੇ ਉੱਥੇ ਲਿੱਤਾ ਜਾਵੇਗਾ ਜੀ। ਜੀ ਜੀ ਸੋਨੀ ਡੱਲਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਇਹ ਸੀ ਸ਼੍ਰੀ ਮੁਕਤਸਰ ਸਾਹਿਬ ਤੋਂ ਇੱਕ ਲਾਪਤਾ ਹੋਈ ਲੜਕੀ ਦੀ ਖਬਰ, ਜਿਸ ਵਿੱਚ ਇੱਕ ਲੜਕੇ ਦੁਆਰਾ ਨਾਬਾਲਿਗ ਲੜਕੀ ਨੂੰ ਘਰੋਂ ਭਜਾ ਲਿੱਤਾ ਗਿਆ। ਇੱਕ ਸੁਖਪ੍ਰੀਤ ਹੈ, ਪਤਨੀ ਪਰਮਿੰਦਰ ਸਿੰਘ, ਉਹਨਾਂ ਦੀ ਲੜਕੀ ਹੈਗੀ ਹੈ। ਉਹ ਗੋਪੀ ਨਾਂ ਦੇ ਲੜਕਾ ਮਲੋਟ ਦਾ ਹੈਗਾ, ਉਹਦੇ ਨਾਲ ਉਹ ਚਲੀ ਗਈ ਹੈ, ਜਿਸ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਲਿਆ 363-66 ਦਾ, ਅਤੇ ਅੱਗੇ ਤਫਤੀਸ਼ ਜਾਰੀ ਹੈ। ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਏਵਨ ਪੰਜਾਬੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫਿਰ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।